ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ ਟਰੂ ਮੈਨ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ। ਬਹੁਤ ਸਾਰੇ ਜਿਹੜੇ ਪੰਜਾਬ ਦੇ ਅੰਦਰ ਏਜੰਟ ਆ ਅਤੇ ਉਹ ਮੈਨੂੰ ਬੜੀਆਂ ਗਾਲਾਂ ਕੱਢਦੇ ਬੜਾ ਮਾੜਾ ਚੰਗਾ ਮੈਨੂੰ ਬੋਲਦੇ ਆ। ਜਦੋਂ ਆਪਣੇ ਉਹ ਫਰੈਂਡ ਸਰਕਲ ਜਿਹੜਾ ਠੱਗੀ ਠੋਰੀ ਵਾਲਾ ਸਰਕਲ ਆ ਅਤੇ ਜਦੋਂ ਉਹ ਸਰਕਲ 'ਚ ਬੈਠਦੇ ਆ ਤਾਂ ਉਹਨਾਂ ਦਾ ਬੈਂਸ ਦਾ ਭੂਤ ਆ ਸਾਡੇ ਵਾਸਤੇ, ਮੇਰੇ ਲਈ ਬੜੇ ਭੱਦੇ ਭੱਦੇ ਸਲੋਗਨ ਵਰਤਦੇ ਆ ਅਤੇ ਬੱਚਿਓ ਮੈਂ ਕਦੇ ਪਰਵਾਹ ਨਹੀਂ ਕੀਤੀ। ਮੇਰੇ ਕੋਲ ਪੂਰੇ ਪੰਜਾਬ ਤੋਂ ਪੈਨ ਪੰਜਾਬ ਕੋਈ ਅੰਮ੍ਰਿਤਸਰ ਤੋਂ ਆਉਂਦਾ, ਗੁਰਦਾਸਪੁਰ ਤੋਂ ਆਉਂਦਾ, ਕੋਈ ਸੰਗਰੂਰ ਤੋਂ, ਕੋਈ ਪਟਿਆਲੇ ਤੋਂ, ਕੋਈ ਬਠਿੰਡੇ ਤੋਂ। ਉਹ ਮੇਰੇ ਕੋਲ ਪੇਰੈਂਟਸ ਆਉਂਦੇ ਆ ਜਾਂ ਬੱਚੇ ਆਉਂਦੇ ਆ ਜਿਹੜੇ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਨਾ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਆ, ਗਲਤ ਏਜੰਟਾਂ ਦੇ ਗਲਤ ਬੰਦਿਆਂ ਦੇ ਹੱਥੇ ਚੜ ਜਾਂਦੇ ਆ। ਮੇਰੇ ਕੋਲ ਐਸੇ ਐਸੇ ਕੇਸ ਆਉਂਦੇ ਆ ਜੇ ਮੈਂ ਕਿਸੇ ਏਜੰਸੀ ਦਾ ਨਾਮ ਲਵਾਂ ਨਾ, ਕਿਸੇ ਏਜੰਟ ਦਾ ਨਾਮ ਲਵਾਂ ਤੇ ਨਿੰਦਿਆ ਚੁਗਲੀ ਆ, ਉਹ ਵਰਜੇ ਤਾਂ ਨਿੰਦਿਆ ਚੁਗਲੀ ਕਰਨੀ ਨਹੀਂ ਚਾਹੀਦੀ। ਮੇਰੇ ਕੋਲ ਐਸੇ ਐਸੇ ਨਾਮੀ ਅਖਬਾਰਾਂ ਦੇ ਫਰੰਟ ਪੇਜ ਦੇ ਪੂਰੇ ਦੇ ਪੂਰੇ ਫੁੱਲ ਪੇਜ ਦੇ ਇਸ਼ਤਿਹਾਰ ਦੇਣ ਵਾਲੇ ਜਿਹੜੇ ਏਜੰਟ ਏਜੰਸੀਆਂ ਨੇ, ਜਿਨ੍ਹਾਂ ਨੂੰ ਪੜ੍ਹ ਕੇ ਉਸ ਇਸ਼ਤਿਹਾਰ ਨੂੰ ਪੜ੍ਹ ਕੇ ਐਡਵਰਟੀਜ਼ਮੈਂਟ ਫੁੱਲ ਪੇਜ ਦੇ ਐਡਵਰਟੀਜ਼ਮੈਂਟ ਦੇ ਇਸ਼ਤਿਹਾਰ ਨੂੰ ਪੜ੍ਹ ਕੇ ਕੋਈ ਵੀ ਨੌਜਵਾਨ ਕਿਸੇ ਨੂੰ ਹਿਪਨੋਟਾਈਜ਼ ਕੀਤਾ ਜਾ ਸਕਦਾ, ਬਰਗੜਾਇਆ ਜਾ ਸਕਦਾ। ਜਦੋਂ ਮੇਰੇ ਕੋਲ ਨੌਜਵਾਨ ਆਉਂਦੇ ਆ ਤੇ ਮੈਂ ਉਹਨਾਂ ਨੂੰ ਪੁੱਛਦਾ ਹਾਂ ਯਾਰ ਤੁਸੀਂ ਕਿੰਨੇ ਪੈਸੇ, ਕੋਈ ਕਹੂਗਾ ਜੀ ਮੈਂ 6 ਲੱਖ ਰੁਪਇਆ ਦੇ ਬੈਠਾ, ਕੋਈ 5 ਲੱਖ ਦੇਈ ਬੈਠਾ, ਕੋਈ 2 ਲੱਖ ਦੇਈ ਬੈਠਾ, ਕੋਈ 3 ਲੱਖ ਦੇਈ ਬੈਠਾ, ਕਿਸੇ ਨੇ ਕੈਨੇਡਾ ਜਾਣ ਵਾਸਤੇ, ਕਿਸੇ ਨੇ ਅਮਰੀਕਾ ਜਾਣ ਵਾਸਤੇ। ਤੇ ਮੈਂ ਪੁੱਛਦਾ ਤੂੰ ਤੇਰੇ ਨਾਲ ਉਹਦੀ ਵਾਕਫੀਤ ਕਿਵੇਂ ਹੋਈ, ਤੈਨੂੰ ਉਹ ਜਿਹੜਾ ਏਜੰਟ ਆ ਜਿਹੜੀ ਏਜੰਸੀ ਆ ਤੇਰੇ ਸੰਪਰਕ ਚ ਕਿਵੇਂ ਆਈ। ਮੈਜੋਰਿਟੀ ਆਫ ਦੈਮ ਕੀ ਉਹਨਾਂ ਦਾ ਰਿਪਲਾਈ ਆਨਸਰ ਕੀ ਹੁੰਦਾ, ਕਹਿੰਦਾ ਜੀ ਅਸੀਂ ਅਖਬਾਰ ਦੇ ਵਿੱਚ ਵੱਡਾ ਸਾਰਾ ਇਸ਼ਤਿਹਾਰ ਪੜ੍ਹਿਆ ਤੇ ਅਸੀਂ ਉਹ ਜਦੋਂ ਫੁੱਲ ਪੇਜ ਦਾ ਇਸ਼ਤਿਹਾਰ ਦੇਖਿਆ ਤੇ ਸੋਚਿਆ ਵੀ ਸੱਚਾਈ ਹੋ, ਬੜੀ ਪ੍ਰੋਮੀਨੈਂਟ ਨਿਊਜ਼ ਪੇਪਰ ਦੇ ਵਿੱਚ ਫਰੰਟ ਪੇਜ ਦੇ ਉੱਤੇ ਇਸ਼ਤਿਹਾਰ ਲੱਗਿਆ ਹੋਵੇ ਤੇ ਬੜਾ। ਤੇ ਕਹਿੰਦਾ ਜੀ ਅਸੀਂ ਉਹ ਉਸ ਇਸ਼ਤਿਹਾਰ ਨੂੰ ਪੜ੍ਹ ਕੇ ਚਲੇ ਗਏ ਤੇ ਮੈਂ ਐਸੇ ਐਸੇ ਕੇਸ ਦੇਖੇ, ਐਸੇ ਐਸੇ ਮੈਂ ਇੰਡੀਵਿਜੁਅਲ ਦੇ ਜਾਣਕਾਰੀਆਂ ਹਾਸਲ ਕੀਤੀਆਂ ਨੇ ਜਿੱਥੇ ਕਿਸੇ ਨੇ 5 ਲੱਖ ਦਿੱਤਾ ਹੋਇਆ ਨਾ ਤੇ ਉਹਦਾ ਪਾਸਪੋਰਟ ਵੀ ਵੀਜ਼ੇ ਵਾਸਤੇ ਦਿੱਲੀ ਅੰਬੈਸੀ ਦੇ ਵਿੱਚ ਨਹੀਂ ਗਿਆ। ਤੇ ਮੈਂ ਉਹ ਏਜੰਟ ਨੂੰ ਫੋਨ ਕਰਦਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ। ਕਈ ਮੈਂ ਏਦਾਂ ਦੇ ਵੀ ਦੱਸਦਾ ਜਿਹੜੇ ਸਾਡੇ ਨਾ ਫੌਜ ਦੇ ਵਿੱਚ ਕਰਨਲ ਜਨਰਲ ਰਿਟਾਇਰ ਹੋਏ, ਉਹ ਵੀ ਇਸ ਫੀਲਡ ਦੇ ਵਿੱਚ ਬੜੇ ਹੋਏ ਆ, ਮੇਰਾ ਇਸ਼ਾਰਾ ਸਮਝ ਗਏ ਹੋਣਗੇ, ਸਿਰ ਹਿਲਾ ਰਹੇ ਜਿਹੜੇ ਬ੍ਰਦਰ ਬੈਠੇ ਆ। ਮੈਂ ਉਹਨਾਂ ਨੂੰ ਕਹਿੰਦਾ ਯਾਰ ਅਸੀਂ ਨਾ ਤੁਸੀਂ ਸਾਡੇ ਦੇਸ਼ ਦੇ ਰਖਵਾਲੇ, ਕਰਨਲ ਤੁਹਾਡੇ ਨਾਮ ਦੇ ਅੱਗੇ ਲੱਗਦਾ ਹੈ, ਹੈਟ ਆਫ ਸਲੂਟ ਆ ਤੁਹਾਨੂੰ, ਤੁਹਾਡੀ ਬਦੌਲਤ ਅਸੀਂ ਜਿਹੜੇ ਆ ਆਜ਼ਾਦੀ ਦਾ ਨਿੱਘ ਮਾਣਦੇ ਹਾਂ, ਤੇ ਕਿਹੜੇ ਤੁਸੀਂ ਕੰਜਰ ਕੰਮ 'ਚ ਵੜ ਗਏ। ਪੰਜਾਬੀ ਦੀ ਕਹਾਵਤ ਆ ਕੋਲਿਆਂ ਦੀ ਦਲਾਲੀ 'ਚ ਮੂੰਹ ਪਾਣਾ, ਕਿਹੜੇ ਚੱਕਰ 'ਚ ਵੜ ਗਏ ਤੁਸੀਂ, ਕਿਹੜੇ ਪਾਸੇ ਨੂੰ ਤੁਰ ਪਏ ਤੁਸੀਂ। ਕਿਸੇ ਦਾ ਬਾਪ ਜਦੋਂ ਮੇਰੇ ਕੋਲ ਨੌਜਵਾਨ ਆਉਂਦੇ ਆ, ਕਿਸੇ ਦੇ ਬਾਪ ਨੇ ਆਪਣਾ ਕਿੱਲਾ ਗਿਰਵੀ ਰੱਖਿਆ ਹੁੰਦਾ, ਕਿਸੇ ਦੀ ਮਾਂ ਨੇ ਆਪਣੇ ਗਹਿਣੇ ਵੇਚੇ ਹੁੰਦੇ ਆ, ਕਿਸੇ ਨੇ ਆਪਣਾ ਘਰ ਗਿਰਵੀ ਰੱਖਿਆ ਹੁੰਦਾ ਪੁੱਤ ਦੀਆਂ ਇਛਾਵਾਂ ਦੀ ਪੂਰਤੀ ਵਾਸਤੇ। ਤੇ ਦੂਸਰਾ ਨੰਬਰ ਜਿਹੜਾ ਪੰਜਾਬ ਦੇ ਅੰਦਰ ਆਰਥਿਕ ਢਾਂਚਾ ਡਗਮਗਾ ਲੈਣਾ, ਪੰਜਾਬ ਦੇ ਅੰਦਰ ਜੈਸੀ ਬੇਰੁਜ਼ਗਾਰੀ ਦੀ ਲਹਿਰ ਤੁਰੀ, ਕਿਸਾਨੀ ਦੀ ਦੁਰਦਸ਼ਾ ਹੋਈ ਹੈ, ਮਾਂ ਬਾਪ ਵੀ ਕਿਵੇਂ ਸੋਚਦੇ ਵੀ ਚੱਲ ਜੇ ਪੁੱਤ ਕਿਤੇ ਕੈਨੇਡਾ ਅਮਰੀਕਾ ਨਿਕਲ ਗਿਆ ਤੇ ਸਾਰੇ ਰੋਣੇ ਧੋਣੇ ਧੋਤੇ ਜਾਣ, ਉਹ ਰੋਣੇ ਧੋਣੇ ਧੋਣ ਦੇ ਚੱਕਰਾਂ ਦੇ ਵਿੱਚ ਜਿਹੜਾ ਕਿੱਲਾ 1.5-2 ਕਿੱਲੇ ਹੁੰਦੇ ਆ ਕਈ ਵਾਰੀ ਉਹ ਵੀ ਜਾਂਦੇ ਜਾਂਦੇ ਆ। ਤੇ ਜਿੰਨੀ ਸਮਰੱਥਾ ਮੇਰੇ ਜਾਂ ਮੈਂ ਜ਼ਰੂਰ ਉੱਥੇ ਜਾ ਕੇ ਡੰਡਾ ਖੜਕਾ ਕੇ ਚੌਕੀਦਾਰਾ ਕਰਕੇ ਆਉਂਦਾ, ਪਹਿਲਾਂ ਟੈਲੀਫੋਨ ਤੇ ਰਿਕੁਐਸਟ ਕਰਦਾ ਬ੍ਰਦਰ ਦੇਖ ਤੇਰੀ ਬਣੀ ਹੋਈ ਆ ਤੇ ਵਿਗੜਨ ਲੱਗਿਆ ਮਿੰਟ ਇੱਕ ਲੱਗਣਾ, ਤੇਰੀ ਇਨਸਲਟ ਹੋਣ ਲੱਗਿਆ ਮਿੰਟ ਇੱਕ ਲੱਗਣਾ, ਜਦੋਂ ਤੇਰੇ ਦਫ਼ਤਰ ਦੇ ਵਿੱਚ 20-50 ਬੰਦੇ ਆ ਗਏ ਤੇ ਫਿਰ ਤੇਰੀ ਕਿਸੇ ਨੇ ਸੁਣਨੀ ਗਈ ਨੀ, ਤੈਨੂੰ ਪੈਸੇ ਤਾਂ ਦੇਣੇ ਹੀ ਪੈਣੇ। ਜੇ ਕੋਈ ਵਿਗੜਿਆ ਵਿਗੜਿਆ ਨਾ ਸਮਝੇ ਤੇ ਫਿਰ ਮੈਂ ਆਪਣੇ ਸਾਥੀਆਂ ਨੂੰ ਨਾਲ ਲੈਂਦਾ ਵੀ ਚਲੋ ਯਾਰ ਇਹ ਕਿਸੇ ਗਲਤ ਹੱਥੇ ਚੜ ਗਿਆ, ਗਲਤੀ ਤੇ ਇਹਦੀ ਵੀ ਹੈਗੀ ਹੈ ਪਰ ਹੁਣ ਇਹਦੀ ਮਦਦ ਜ਼ਰੂਰ ਕਰਨੀ। ਸੋ ਬੱਚਿਓ ਤੁਸੀਂ ਜਿਹੜੀ ਸੰਸਥਾ ਦੇ ਅੱਜ ਸੈਮੀਨਾਰ 'ਤੇ ਆਏ ਹੋ, ਜਿੰਨੀ ਮੈਂ ਜਾਣਕਾਰੀ ਲਈ ਆ, ਮੈਂ ਕਹੂੰਗਾ ਵੀ ਮੈਂ ਪਹਿਲੀ ਵਾਰੀ ਜਾਣਕਾਰੀ ਹਾਸਲ ਕੀਤੀ ਹੈ, ਮੈਂ ਝੂਠ ਨਹੀਂ, ਬਹੁਤ ਘੱਟ ਰੇਅਰ ਕਿਤੇ ਕੋਈ ਏਦਾਂ ਦੀ ਹੋਵੇ ਮੁਸੀਬਤ ਵੀ ਜਿੱਥੇ ਝੂਠ ਬੋਲਣ ਤੋਂ ਬਿਨਾਂ ਚੱਲੇ ਨਾ ਗੱਡੀ ਤੇ ਉੱਥੇ, ਪਰ ਮੈਂ ਜਿੰਨੀ ਜਾਣਕਾਰੀ ਲਈ ਆ ਤੇ ਮੈਨੂੰ ਇਉਂ ਮਹਿਸੂਸ ਹੋਇਆ ਕਿ ਉਹ ਮੈਂ ਪਹਿਲੀ ਵਾਰੀ ਜਾਣਕਾਰੀ ਲੈ ਰਿਹਾ। ਪਿਛਲੇ ਸਾਲ ਮੈਂ ਐਬਸੈਂਟ ਰਿਹਾ, ਆ ਨਹੀਂ ਸਕਿਆ ਇਸ ਫੰਕਸ਼ਨ ਦੇ ਵਿੱਚ, ਉਹਦੇ ਲਈ ਮਾਫ਼ੀ ਮੰਗਦਾ। ਤੇ ਜਾਣਕਾਰੀ ਤੋਂ ਪਤਾ ਲੱਗਿਆ ਕਿ ਜਿਹੜੇ ਬੱਚੇ
ਇੰਟਰਨੈਸ਼ਨਲ ਐਜੂਕੇਸ਼ਨ ਗ੍ਰੈਂਟ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕੈਨੇਡਾ ਅਮਰੀਕਾ ਜਾ ਕੇ ਪੜ੍ਹਨ ਦੀ ਵੀ ਜ਼ਰੂਰਤ ਉੱਥੇ ਦਾਖਲਾ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਹ ਮੈਂ ਗੱਲ ਰਿਪੀਟ ਕਰਾਂ, ਮੇਰੇ ਤੋਂ ਵੱਧ ਤੁਸੀਂ ਸਾਰਾ ਕੁਛ ਸਮਝਦੇ ਹੋ ਇਸ ਇੰਸਟੀਟਿਊਟ ਦਾ, ਇਸ ਏਜੰਸੀ ਦਾ ਪ੍ਰੋਸੀਜਰ ਕੀ ਹੈਗਾ। ਮਤਲਬ ਆਨਲਾਈਨ ਘਰ ਬੈਠੇ ਤੁਸੀਂ ਇੰਟਰਨੈਸ਼ਨਲ ਐਜੂਕੇਸ਼ਨ ਕੰਪਲੀਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਦੇ ਪੇਰੈਂਟ ਸਪੋਰਟ ਕਰਦੇ ਆ, ਜਿਹੜਾ ਬੱਚਾ ਚਾਹੁੰਦਾ ਕਿ ਮੈਂ ਵਿਦੇਸ਼ ਵਿੱਚ ਜਾ ਕੇ 11ਵੀਂ 12ਵੀਂ ਤੋਂ ਬਾਅਦ ਮੈਂ ਵਿਦੇਸ਼ ਵਿੱਚ ਕਾਲਜ ਹਾਇਰ ਐਜੂਕੇਸ਼ਨ ਜਿਹੜੀ ਉੱਥੇ ਗ੍ਰਹਿਣ ਕਰਨੀ ਹੈ ਤੇ ਉਹਦਾ ਵੀ ਬੰਦੋਬਸਤ ਹੈ। ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ। ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਆਪਾਂ ਗੈਰ ਕਾਨੂੰਨੀ ਏਜੰਟਾਂ ਦੇ ਝਾਂਸੇ ਚ ਆ ਜਾਂਦੇ ਹਾਂ ਤੇ ਫਿਰ ਉੱਥੇ ਦਿੱਕਤਾਂ ਸ਼ੁਰੂ ਹੁੰਦੀਆਂ ਨੇ। ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਰੀਸੈਂਟਲੀ ਬਹੁਤ ਵੱਡੀਆਂ ਨਿਊਜ਼ ਆਈਆਂ ਕਿ ਕਿਸ਼ਤੀ ਦੇ ਵਿੱਚ ਬੰਦੇ ਗਏ ਤੇ ਉਹ ਕੋਈ ਨਹਿਰ ਨੂਰ ਪਾਰ ਕਰਨ ਲੱਗੇ, ਪੰਜ ਚਾਰ ਬੱਚੇ ਜਿਹੜੇ ਆ ਉੱਥੇ ਲੱਭੇ ਹੀ ਮੁੜ ਕੇ। ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣਾ, ਚਾਹੇ ਉਹ ਸਟੱਡੀ ਵਾਸਤੇ ਹੈ, ਚਾਹੇ ਫਿਊਚਰ ਦੀ ਬਿਹਤਰੀ ਵਾਸਤੇ, ਕੋਈ ਕਾਰੋਬਾਰ, ਕਿਸੇ ਨੇ ਉੱਥੇ ਜੋਬ ਕਰਨੀ ਹੈ, ਕਿਸੇ ਨੇ ਕੋਈ ਆਪਣਾ ਕਾਰੋਬਾਰ ਕਰਨਾ, ਉਹ ਚੰਗੀ ਗੱਲ ਹੈ। ਤੇ ਚੰਗੀ ਵਿਦਿਆ ਗ੍ਰਹਿਣ ਕਰਨੀ ਸਭ ਤੋਂ ਵੱਡਾ ਕੰਮ ਹੈ, ਚੰਗੀ ਵਿਦਿਆ ਗ੍ਰਹਿਣ ਕਰਨੀ। ਆਪਾਂ ਕਹਿੰਦੇ ਹਾਂ ਵੀ ਆਪਾਂ ਸੰਸਾਰ ਦੇ ਮੁਕਾਬਲੇ ਦੇ, ਸੰਸਾਰ ਦੇ ਸੰਸਾਰਿਕ ਪੱਧਰ ਦਾ ਜਿਹੜਾ ਮੁਕਾਬਲਾ ਚੱਲ ਰਿਹਾ ਉਹਦੇ ਬਰਾਬਰ ਦੇ, ਉਹਦੇ ਹਾਣੀ ਬਣਨਾ। ਤੇ ਜਿਹੜੇ ਬੱਚੇ ਇਹ ਚਾਹੁੰਦੇ ਉਹਨਾਂ ਵਾਸਤੇ ਮੈਂ ਸਮਝਦਾ ਜਿਹੜਾ ਅੱਜ ਦਾ ਸੈਮੀਨਾਰ ਆ, ਤੁਸੀਂ ਘਰੇ ਬੈਠ ਕੇ ਜਿਹੜੀ ਉਹ ਵਿਦਿਆ, ਜਿਹੜੀ ਵਿਸ਼ਵ ਸਤਰ ਦੀ ਵਿਦਿਆ, ਵਰਲਡ ਲੈਵਲ ਦੀ ਜਿਹੜੀ ਵਿਦਿਆ, ਉਹ ਤੁਸੀਂ ਘਰ ਬੈਠ ਕੇ ਹਾਸਲ ਕਰ ਸਕਦੇ ਹੋ। ਤੇ ਕਈ ਵਾਰੀ ਏਦਾਂ ਦੇ ਸਮੇਂ ਵੀ ਆਉਂਦੇ ਆ ਜਿੱਥੇ ਮਾਂ ਬਾਪ ਦੇ ਕੋਲ ਪੈਸੇ ਨਹੀਂ ਹੁੰਦੇ ਤੇ ਉਹ ਜਿਹੜੇ ਬੂਠਾ ਦੇਣ ਆ ਜਾਂਦੇ ਆ ਬਾਪੂ ਦੇ ਗੱਲ 'ਚ ਵੀ ਨਹੀਂ ਅਸੀਂ ਤਾਂ ਕੈਨੇਡਾ ਦੇ ਨਾਮ ਆ। ਇਹ ਪਤਾ ਨਹੀਂ ਕਿੱਥੋਂ ਭੂਤ ਫੇਰੀ ਪੜ ਗਈ ਕੈਨੇਡਾ ਦੀ। ਇਹ ਸਾਡਾ ਵੀ ਕਸੂਰ ਹੈ ਇਹਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਇਹ ਸਾਰਾ ਕੁਛ ਸਾਡਾ ਵੀ ਕਸੂਰ ਆ। ਮੇਰੇ ਕੋਲੇ ਮੰਨ ਕੇ ਜਿਵੇਂ ਜਿਹੜਾ ਸਿੱਖਿਆ ਦਾ ਵਪਾਰੀਕਰਨ ਹੋਇਆ ਨਾ, ਸਿੱਖਿਆ ਦਾ ਵਪਾਰੀਕਰਨ ਹੋਇਆ, ਜਦੋਂ ਮੈਂ ਕਾਲਜ ਪੜ੍ਹਦਾ ਸੀ ਨਾ ਤੇ ਸਾਡੇ ਸ਼ਹਿਰ ਦੇ ਵਿੱਚ ਗਰੇਵਾਲ ਸਾਹਿਬ ਤੁਹਾਨੂੰ ਵੀ ਯਾਦ ਹੋਊਗਾ, ਇੱਕ ਹੁੰਦਾ ਸੀ ਗਵਰਨਮੈਂਟ ਕਾਲਜ, ਆਰਿਆ ਕਾਲਜ, ਖਾਲਸਾ ਕਾਲਜ, ਤੇ ਇੱਕ ਹੁੰਦਾ ਸੀ GNE। ਜਿਹੜੇ ਦੋਸਤ ਪੁਰਾਣੇ ਸ਼ਹਿਰਦਾਰ ਹੈਗੇ ਆ ਤੇ ਉਹ ਸਮਝਦੇ ਹੋਣਗੇ ਵੀ ਏਦਾਂ ਵੀ ਕੁਛ ਹੁੰਦਾ ਸੀ, ਇਸ ਤੋਂ ਵੱਧ ਕੋਈ ਕਾਲਜ ਨਹੀਂ ਸੀ। ਪੰਜਾਬੀ ਦੀ ਇੱਕ ਕਹਾਵਤ ਆ ਵੀ ਇੱਟ ਪੱਟਿਆ ਕਾਲਜ ਨਿਕਲਦਾ, ਇੱਟ ਪੱਟਿਆ ਯੂਨੀਵਰਸਿਟੀ। ਹੁਣ ਤਾਂ ਇੱਟ ਪੱਟਣ ਦੀ ਲੋੜ ਨਹੀਂ, ਉੱਤੇ ਕਿਹੜੇ ਬੈਠਿਆ। ਪੰਜਾਬ ਵਿਧਾਨ ਸਭਾ ਦੇ ਵਿੱਚ ਪਿਛਲੇ ਟਨਿਓਰ ਦੇ ਵਿੱਚ ਮੈਂ ਯੂਨੀਵਰਸਿਟੀ ਬਿੱਲ, ਜਦੋਂ ਨਵੀਂ ਕਾਲਜ ਤੋਂ ਯੂਨੀਵਰਸਿਟੀ ਬਣ ਲੱਗਦੀ ਜਾਂ ਨਵੀਂ ਯੂਨੀਵਰਸਿਟੀ ਦਾ ਬਿੱਲ ਆਉਂਦਾ, ਤੇ ਮੈਂ ਉਸ ਬਿੱਲ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਵਾਸਤੇ ਜ਼ੋਰ ਲਾ ਕੇ ਟਾਈਮ ਮੰਗਿਆ, ਕਿਉਂਕਿ ਸਾਨੂੰ ਟਾਈਮ ਦੇਣਾ ਉੱਥੇ ਵਰਜਿਤ ਕੀਤਾ ਹੋਇਆ। ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਪੰਜਾਬ ਵਿਧਾਨ ਸਭਾ ਦੇ ਟਾਈਮ ਦਿੰਦੇ, ਕਹਿੰਦੇ ਇਹਨੂੰ ਤਾਂ ਚੱਕ ਚੁੱਕ ਕੇ ਬਾਹਰ ਸੁੱਟ ਦਿਓ। ਸੱਚਾਈ ਸਾਹਮਣਾ ਕਰਨਾ, ਸੱਚਾਈ ਬੋਲਣੀ ਵੀ ਔਖੀ ਆ ਤੇ ਸੱਚਾਈ ਸੁਣਨੀ ਵੀ। ਜਦੋਂ ਯੂਨੀਵਰਸਿਟੀ ਬਿੱਲ ਆਉਂਦਾ ਨਾ, ਤੇ ਮੈਂ ਉਸ ਬਿੱਲ ਦਾ ਇਸ ਕਰਕੇ ਵਿਰੋਧ ਕੀਤਾ ਵੀ ਤੁਸੀਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜ ਧੜਾ ਧੜਕ ਖੋਲ ਰਹੇ ਹੋ। ਅੱਗੇ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਸੁਣਦੇ ਸੀ ਵੀ ਬਿਹਾਰ ਦੇ ਵਿੱਚ ਸਰਟੀਫਿਕੇਟ ਮੁੱਲ ਹੀ ਬਣ ਜਾਂਦੇ ਆ। ਜਦੋਂ ਅਸੀਂ ਪੜ੍ਹਦੇ ਸੀ ਇਹ ਸੁਣਦੇ ਹੁੰਦੇ ਸੀ ਵੀ ਬਿਹਾਰ ਦੇ ਵਿੱਚ ਚਲੇ ਜਾਓ ਤੇ ਉੱਥੇ ਜਿਹੜੀ ਮਰਜ਼ੀ ਕਲਾਸ ਦਾ ਤੁਸੀਂ ਪੈਸੇ ਦਿਓ ਤੇ ਸਰਟੀਫਿਕੇਟ ਲੈ ਲਓ। ਤੇ ਪੰਜਾਬ ਦੇ ਵਿੱਚ ਵੀ ਜਿਹੜਾ ਸਿੱਖਿਆ ਦਾ ਵਪਾਰੀਕਰਨ ਹੋਣਾ ਸ਼ੁਰੂ ਹੋਇਆ ਨਾ, ਬੇਰੁਜ਼ਗਾਰੀ ਦੇ ਵਿੱਚ ਵਾਧਾ ਕੀਤਾ। ਫਰਜ਼ ਕਰੋ ਮੈਂ BA ਕਰਨ ਦੀ ਸਮਰੱਥਾ ਤੇ ਜਿਹੜਾ ਵਪਾਰੀਕਰਨ ਹੋਇਆ ਨਾ, ਲੱਡੂ ਜਲੇਬੀਆਂ ਬਣਾਉਣ ਵਾਲੇ ਲੋਕਾਂ ਨੇ ਯੂਨੀਵਰਸਿਟੀਆਂ ਸਥਾਪਿਤ ਕਰਦੀਆਂ 500 ਕਿੱਲਿਆਂ ਦੀਆਂ। ਸਿੱਖਿਆ ਦੇ ਵਪਾਰੀਕਰਨ ਨੇ ਮੈਂ BA ਕਰਨ ਜੋਗਾ ਸੀ, ਮੈਨੂੰ MBA ਕਰਾ ਦਿੱਤੀ ਉਹਨਾਂ ਨੇ, ਮੈਂ 10ਵੀਂ ਕਰਨ ਜੋਗਾ ਸੀ ਤੇ ਮੈਨੂੰ ਗ੍ਰੈਜੂਏਸ਼ਨ ਕਰਾ ਦਿੱਤੀ, ਡਿਪਲੋਮਾ ਕਰਾ ਦਿੱਤਾ, ਮੈਨੂੰ ਡਿਗਰੀ ਕਰਾ ਦਿੱਤੀ। ਫਿਰ ਮੇਰੇ ਅੰਦਰ ਮੇਰੀ ਮਾਨਸਿਕਤਾ ਉਹ ਡਿਗਰੀ ਤੇ ਡਿਪਲੋਮੇ ਦੇ ਅਕੋਰਡਿੰਗ ਜਿਹੜੀ ਸੈੱਟ ਹੋ ਗਈ। ਜੇ ਮੈਂ 10ਵੀਂ ਕਰਨ ਜੋਗਾ ਸੀ ਜਾਂ ਮੈਂ ਗ੍ਰੈਜੂਏਸ਼ਨ ਕਰਨ ਜੋਗਾ ਸੀ, ਮੇਰੇ ਪਿਤਾ ਜੀ ਮੈਨੂੰ ਕੋਈ ਦੁਕਾਨਦਾਰੀ ਕਰਾਉਂਦੇ 10ਵੀਂ ਤੋਂ ਬਾਅਦ, ਮੈਨੂੰ ਕਿਸੇ ਕਿੱਤਾ ਮੁਕਤੀ ਸਿੱਖਿਆ ਵਾਲੇ ਪਾਸੇ ਕੋਈ ਖੁਰਾਕ ਸਿਖਾਉਂਦੇ, ਕੋਈ ਕਿਸੇ ਫੈਕਟਰੀ 'ਚ ਲਾਉਂਦੇ ਵੀ ਆ ਵੀ ਬੱਚੋ ਤੇਰੀ ਪੜ੍ਹਾਈ ਕੰਮ ਕਮਜ਼ੋਰ ਆ ਤੇ ਤੂੰ ਆਹ ਕੰਮ ਕਰ, ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋ ਗਿਆ ਸੀ ਨਾ ਮੈਂ। ਜਿਹੜਾ ਸਿੱਖਿਆ ਦਾ ਵਪਾਰੀਕਰਨ ਹੋ ਗਿਆ ਨਾ, ਇਸ ਵਪਾਰੀਕਰਨ ਨੇ ਬੇਰੁਜ਼ਗਾਰੀ ਦੇ ਵਿੱਚ ਬੇਤਹਾਸ਼ਾ ਵਾਧਾ ਕੀਤਾ, ਬੇਤਹਾਸ਼ਾ ਵਾਧਾ। ਮੇਰੇ ਕੋਲ ਨੌਜਵਾਨ ਆਉਂਦੇ ਹੱਥ ਦੇ ਵਿੱਚ ਡਿਗਰੀ ਫੜੀ ਆ, ਕਿਸੇ ਨੇ
ਮਕੈਨੀਕਲ ਦੀ, ਕਿਸੇ ਨੇ ਸਿਵਲ ਦੀ, ਕਿਸੇ ਨੇ ਕੰਪਿਊਟਰ ਇੰਜੀਨੀਅਰਿੰਗ ਦੀ, ਕੋਈ ਡਿਪਲੋਮਾ ਹੋਲਡਰ ਆ, ਕੋਈ MBA ਕੀਤੀ ਆ, BCA BBA ਕੀਤੀ ਆ। ਮੇਰਾ ਤਜਰਬਾ ਹੱਥ ਦੇ ਵਿੱਚ ਡਿਗਰੀ ਫੜੀ ਹੈ ਨਾ, ਕਿਸੇ ਨੇ BTECH ਦੀ, ਮਕੈਨੀਕਲ ਦੀ, ਕਹਿਣਗੇ ਬਾਈ ਕਿਸੇ ਚੰਗੀ ਫੈਕਟਰੀ 'ਚ ਲਵਾ ਦਿਓ, ਰਾਲਸਨ ਹੋ ਗਈ, ਏਵਨ ਸਾਈਕਲ ਹੋ ਗਈ, ਹੀਰੋ ਸਾਈਕਲ ਹੋ ਗਈ, ਜਿਹੜੀਆਂ ਚੰਗੇ ਆਪਣੇ ਸ਼ਹਿਰ ਦੇ। ਅਤੇ ਮੈਂ ਦੋਸਤੋ ਜਦੋਂ ਉੱਥੇ ਭੇਜਦਾ ਤਾਂ ਤਨਖਾਹ ਕਿੰਨੀ ਲੱਗਦੀ ਆ ਸਟਾਰਟਿੰਗ ਦੇ ਵਿੱਚ BTECH ਵਾਲੇ ਦੀ? 7200 ਰੁਪਈਆ। ਅਤੇ ਮੈਂ ਕਈ ਵਾਰੀ HR ਜਿਹੜੇ ਉਸਦੇ ਹੈੱਡ ਹੁੰਦੇ, ਮੈਂ ਉਹਨੂੰ ਕਹਿੰਦਾ ਯਾਰ ਇਹਦੇ ਨਾਲ ਤਾਂ ਟੋਕਰੀ ਢੋਣ ਵਾਲਾ ਜੇ ਮੰਡੀ 'ਚੋਂ ਲੈਣ ਚਲੀ ਜੀ ਤਾਂ ਮੇਰਾ ਖਿਆਲ 3500-4500 ਰੁਪਈਆ ਦਿਹਾੜੀ ਉਹਦੀ। ਕਹਿੰਦੇ ਬੈਂਸ ਸਾਹਿਬ ਤਾਂ ਤੇਰੇ ਕਰਕੇ ਅਸੀਂ ਤੂੰ ਭੇਜਿਆ ਅਤੇ ਰੱਖ ਲਿਆ, ਸਾਡੇ ਕੋਲ ਤਾਂ ਇੱਕ ਵੀ ਸਸਤੇ 'ਚ ਆਉਣ ਵਾਲੇ ਜਿਹੜੇ ਡਿਪਲੋਮਾ ਦੇ ਡਿਗਰੀ ਹੋਲਡਰ ਨੇ। ਇਹ ਵਪਾਰੀਕਰਨ ਜਿਹੜਾ, ਵਿੱਦਿਆ ਦਾ ਵਪਾਰੀਕਰਨ ਹੋ ਗਿਆ। ਜਿਹੜੇ ਲੋਕ ਨਾਨ ਸਟੈਂਡਰਡ ਸੀਗੇ, ਜਿਹਨਾਂ ਦਾ ਸਿੱਖਿਆ ਦੇ ਨਾਲ ਕੋਈ ਦੂਰ ਦਾ ਵੀ ਬੰਦੋਬਸਤ ਵਾਹ ਵਾਸਤਾ ਨਹੀਂ ਸੀਗਾ, ਤੇ ਉਹ ਪੈਸੇ ਕਮਾਉਣ ਦੇ ਮਨਸੇ ਨਾਲ ਇਸ ਫੀਲਡ ਦੇ ਵਿੱਚ ਆ ਗਏ ਤੇ ਬੇਰੁਜ਼ਗਾਰੀ ਦਾ ਆਲਮ ਸ਼ੁਰੂ ਹੋ ਗਿਆ। ਤੇ ਦੂਸਰਾ ਕੀ ਹੋਇਆ, ਯੂਨੀਵਰਸਿਟੀ ਬਿੱਲ ਜਾਂ ਪ੍ਰਾਈਵੇਟ ਕਾਲਜ ਬਣਦੇ ਆ ਨਾ, ਯੂਨੀਵਰਸਿਟੀ ਦਾ ਬਿੱਲ ਆਉਂਦਾ, ਤੇ ਮੈਂ ਵਿਧਾਨ ਸਭਾ ਦੀ ਗੱਲ ਕੀਤੀ ਆ, ਮੈਂ ਅਪੋਜ਼ ਕੀਤਾ। ਅਪੋਜ਼ ਕਰਦਿਆਂ ਮੈਂ ਇਹ ਕਿਹਾ ਵੀ ਤੁਸੀਂ ਇਹ ਬਣਾ ਕੇ ਲਿਆਓ, ਕਿਉਂਕਿ ਤੁਹਾਡੀ ਇਹ ਡੀਲ ਹੈਗੀ ਆ, ਡੀਲ ਇਹ ਬਿੱਲ ਜਿਹੜਾ ਡੀਲ ਹੋ ਕੇ ਤੁਹਾਡੇ ਕੋਲ ਸਾਡੇ ਬੈਂਚਾਂ ਤੇ ਆਇਆ, ਕਮ ਸੇ ਕਮ ਇੰਨਾ ਤਾਂ ਰੱਖ ਲਓ, ਕੋਈ ਇੱਕ ਕਮੇਟੀ ਫੋਰਮ ਕਰ ਦਿਓ ਵੀ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਵਾਲੇ ਉਹ ਸਾਡੇ ਬੱਚਿਆਂ ਨੂੰ ਲੁੱਟ ਨਾ ਸਕਣ, ਕਿਉਂਕਿ ਭਾਈ ਡੀਲ ਹੋਈ ਹੁੰਦੀ ਆ ਤੇ ਉੱਥੇ ਮੇਰੀ ਗੱਲ ਕੌਣ ਸੁਣਦਾ। ਉਹ ਕਹਿੰਦੇ ਇਹਨੂੰ ਬੋਲ ਲੈਣ ਦੇ ਜਿਹੜੇ 10-15 ਮਿੰਟ ਦਿੰਦੇ ਜ਼ੋਰ ਲਾ ਦਿਓ ਚੰਗੀ ਤਰ੍ਹਾਂ, ਕਰਨੀ ਤਾਂ ਅਸੀਂ ਆਪਣੀ ਮਨ ਮਰਜ਼ੀ ਆ, ਕਿਉਂਕਿ ਪੰਜਾਬੀ ਦੀ ਕਹਾਵਤ ਵੀ ਜਿਹਦੀ ਡਾਂਗ ਆ ਤੇ ਉਹਦੀ ਉਹ ਮੱਝ ਆ, ਉਹ ਐਬਸੋਲਿਊਟ ਮੈਜੋਰਿਟੀ ਜੇ ਬੈਠਿਆ। ਸੋ ਮੈਂ ਰਿਣੀ ਆ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਰਸਤੇ ਤੇ ਤੋਰਿਆ, ਵਾਹਿਗੁਰੂ ਕਿਰਪਾ ਕਰੇ, ਸੱਚਾਈ ਦੇ ਰਸਤੇ ਤੇ ਚੱਲ ਕੇ ਔਕੜਾਂ ਦਿੱਕਤਾਂ ਸਮੱਸਿਆਵਾਂ ਪਰੇਸ਼ਾਨੀਆਂ ਤੁਹਾਡੀ ਕਿਰਪਾ, ਮੇਰੀ ਉਹ ਬਾਤ ਨਹੀਂ ਕਿ ਮੈਂ ਸਮੇਂ ਦੇ ਬੇਈਮਾਨ ਲੋਕਾਂ ਨਾਲ ਟਾਕਰਾ ਕਰ ਸਕਾਂ, ਸਮੇਂ ਦੇ ਬੇਈਮਾਨ ਸ਼ਾਸਕਾਂ ਨਾਲ ਮੱਥਾ ਲਾ ਸਕਾਂ। ਇਹ ਤੁਹਾਡੀਆਂ ਦਿੱਤੀਆਂ ਦੁਆਵਾਂ, ਤੁਹਾਡੀ ਸਪੋਰਟ, ਤੁਹਾਡੀਆਂ ਬੈਸਟ ਵਿਸ਼ਸ ਦੇ ਬਲਬੂਤੇ ਤੇ ਅੱਜ ਦੇ ਇਸ ਸੈਮੀਨਾਰ ਦਾ ਬੱਚਿਓ ਚੰਗਾ ਵੱਡਾ ਫਾਇਦਾ ਮਾਂ ਬਾਪ ਦੇ ਆਗਿਆਕਾਰੀ ਬਣ ਗਏ। ਸਾਨੂੰ ਵਿਰਸੇ 'ਚ ਪ੍ਰਾਪਤ ਹੁੰਦਾ, ਸਰਵਣ ਪੁੱਤ ਕਿਸੇ ਦੇਸ਼ 'ਚ ਨਹੀਂ ਪੈਦਾ ਹੋਇਆ, ਹਿੰਦੁਸਤਾਨ ਦੀ ਧਰਤੀ 'ਤੇ ਪੈਦਾ ਹੋਇਆ, ਜਿਹਨੇ ਮਾਂ ਬਾਪ ਅੱਖਾਂ ਤੋਂ ਦੇਖ ਨਹੀਂ ਸਕਦੇ, ਬਹਿੰਗੀ ਬਣਾ ਕੇ ਤੀਰਥ ਯਾਤਰਾਵਾਂ ਕਰਾਉਣ ਵਾਸਤੇ ਤੁਰ ਪੈਂਦਾ। ਸਾਡੇ ਕੋਲ ਐਸਾ ਗੌਰਵਮਈ ਵਿਰਸਾ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰੋ ਪੁੱਤਰ ਬਾਪ ਦੇ ਆਖੇ ਲੱਗ ਕੇ ਜਾਨਾਂ ਕੁਰਬਾਨ ਕਰ ਜਾਂਦੇ ਹੈ। ਸਾਡੇ ਕੋਲ ਐਸਾ ਗੌਰਵਮਈ ਵਿਰਸਾ ਜਿੱਥੇ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ 14 ਸਾਲ ਦਾ ਬਨਵਾਸ ਆਪਣੇ ਬਾਪੂ ਦੇ ਕਹਿਣ ਦੇ ਆਖੇ ਲੱਗ ਕੇ ਤੁਰ ਪੈਂਦੇ, ਆਪਣੇ ਮਾਂ ਬਾਪ ਦੇ ਆਖੇ ਲੱਗ ਕੇ ਰਹਿਣਾ। ਕਈ ਵਾਰੀ ਆਪਾਂ ਜ਼ੋਰ ਜ਼ਬਰਦਸਤੀ ਕਰਦੇ ਬਾਪੂ ਦੇ ਗਲ ਉੱਠਾ ਦਿੰਦੇ, ਉਹ ਨਹੀਂ ਕਰਨਾ। ਜੋ ਮਾਂ ਬਾਪ ਕਹਿਣ ਉਸੇ ਤਰੀਕੇ ਤੁਰਨਾ, ਤੇ ਜਿਹੜਾ ਪੱਤਾ ਤਣੇ ਦੇ ਨਾਲ ਲੱਗਿਆ ਤੇ ਉਹ ਹਰਾ ਰਹੇਗਾ, ਜਿਹੜਾ ਪੱਤਾ ਤਣੇ ਦੇ ਨਾਲ ਟੁੱਟ ਜਾਂਦਾ ਤੇ ਮਿੱਟੀ 'ਚ ਡਿੱਗਦਾ ਤੇ ਖਾਕ ਨਾਲ ਖਾਕ ਪਿਆ। ਸੋ ਮੈਂ ਬਹੁਤ ਬਹੁਤ ਰਿਣੀ ਹੈ ਤੁਹਾਡਾ, ਇਸੇ ਤਰੀਕੇ ਵੀ ਵਧੀਆ ਸਾਫ਼ ਸੁਥਰੇ ਤਰੀਕੇ ਦੇ ਨਾਲ ਮੈਂ ਪੁੱਛ ਲਿਆ। ਅੱਜ ਕਹਿੰਦੇ ਸੀ $8500 ਇੰਨਾ ਹੀ ਦੱਸਿਆ ਤੁਸੀਂ, ਤੇ ਅੱਜ ਜਿਹੜਾ ਸਪੈਸ਼ਲ ਇਹਨਾਂ ਨੇ ਡਿਸਕਾਊਂਟ ਦਿੱਤਾ, ਜਿਹੜਾ ਬੱਚਾ ਅੱਜ ਰਜਿਸਟਰਡ ਹੋਊਗਾ ਉਹਨੂੰ $3000 ਮਾਫ਼ੀ ਆ, ਲੈਸ ਕੀਤਾ ਡਿਸਕਾਊਂਟ, ਮਤਲਬ ਅੱਜ $5500 ਹੈਗੇ ਆ। ਜੇ ਕਿਸੇ ਨੇ ਕੋਈ ਐਡਮਿਸ਼ਨ ਲੈਣੀ ਹੋਵੇ ਉਹ ਮੇਰੇ ਕੋਲੋਂ ਫੋਨ ਕਰਾ ਲਿਓ, $500-700 ਮੈਂ ਵੀ ਬੇਨਤੀ ਕਰਕੇ ਘਟਾ ਦੂੰ। ਮੈਂ ਗੱਲ ਦੱਸਦਾ, ਮੇਰੇ ਕੋਲ ਜਵਾਕਾਂ ਨੇ ਆਉਣਾ ਸ਼ੁਰੂ ਹੋ ਜਾਣਾ, ਮੈਂ ਜਿਹੜੇ ਸਕੂਲ ਕਾਲਜ ਚਲੇ ਜਾਣਾ ਉਸ ਸਕੂਲ ਦੇ ਬੱਚੇ ਕੁੜੀਆਂ ਮੁੰਡੇ ਮੇਰੇ ਕੋਲ ਆਉਣਾ ਚਾਹੁੰਦੇ, ਬਾਈ ਜੀ ਅੰਕਲ ਜੀ ਮੇਰੀ ਉੱਥੇ ਕਹੋ ਜੀ ਫੀਸ ਘੱਟ ਕਰਾ ਕੇ ਦਿਓ। ਸੋ ਆਮ ਵੈਰੀ ਮੱਚ ਪ੍ਰਾਊਡ ਆਫ ਮਾਈ ਏਰੀਆ ਇੰਸਟੀਟਿਊਸ਼ਨ, ਚਾਹੇ ਉਹ ਹੋਸਪਿਟਲ ਨੇ, ਚਾਹੇ ਉਹ ਕਾਲਜ ਨੇ, ਚਾਹੇ ਉਹ ਸਕੂਲ ਨੇ, ਮੇਰਾ ਉਹਨਾਂ 'ਤੇ ਕਾਹਦਾ ਰੋਹ ਆ, ਕੋਈ ਰੋਹ ਨਹੀਂ ਹੈ। ਇੱਕ ਸਮਾਜਿਕ ਰਿਸਪੈਕਟ ਹੈਗੀ ਹੈ, ਮਨ ਦੇ ਅੰਦਰ ਇੱਕ ਸਤਿਕਾਰ ਦੀ ਭਾਵਨਾ ਵੀ ਠੀਕ ਆ, ਜੇ ਇਹਨੇ ਇਸ ਪਾਸੇ ਕਿਹਾ ਤਾਂ ਜ਼ਰੂਰ। ਸੋ ਵੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਪ੍ਰਭੂ ਇਸੇ ਤਰ੍ਹਾਂ ਕਿਰਪਾ ਕਰਕੇ ਆਪਾਂ ਸਾਫ਼ ਸੁਥਰੇ ਤਰੀਕੇ 'ਤੇ, ਆਪਾਂ ਕਹਿੰਦੇ ਨਾ ਕਈ ਵਾਰੀ ਸੋਚਦੇ ਹਾਂ ਵੀ ਮੇਰੇ ਕੀਤਿਆਂ ਕੀ ਹੋਣ ਲੱਗਿਆ, ਮੈਂ ਸਾਫ਼ ਸੁਥਰੇ ਤਰੀਕੇ ਤੁਰਿਆ ਜਾਊਂਗਾ, ਮੇਰੇ ਕੀਤਿਆਂ ਕੀ ਹੋਣ ਲੱਗਾ ਹੋਏਗਾ, ਮੇਰਾ ਵਿਸ਼ਵਾਸ ਆ ਹੋਏਗਾ। ਮੈਂ 2002 ਦੇ ਵਿੱਚ ਰਾਜਨੀਤਿਕ ਖੇਤਰ 'ਚ ਤੁਰਿਆ ਸੀ ਐਜ਼ ਏ ਕੌਂਸਲਰ, ਮੈਨੂੰ ਕਦੇ ਨਹੀਂ ਸੀ ਗਿਆ। ਮੈਂ ਪਹਿਲੇ ਦਿਨ ਤੋਂ ਲੋਕਾਂ ਨੇ ਜਿਹੜੀ ਅਸੀਸ ਦੇ ਕੇ ਮੈਨੂੰ ਤੁਰਿਆ, ਮੈਂ ਉਸੇ ਰਸਤੇ 'ਤੇ ਤੁਰਿਆ ਹੋਏਗਾ। ਆਪਾਂ ਕਹਿੰਦੇ ਨਾ ਮੇਰੇ ਇਕੱਲਿਆਂ ਕਰਨਾ ਕੁਛ ਨਹੀਂ ਹੁੰਦਾ, ਹੋਏਗਾ। ਅੱਜ ਜਦੋਂ ਮੈਂ ਪੰਜਾਬ ਵਿਧਾਨ ਸਭਾ 'ਚ ਬੋਲਣ ਆਉਂਦਾ, ਪਿੰਨ ਡ੍ਰੌਪ ਸਾਇਲੈਂਸ ਹੁੰਦੀ ਹੈ, ਜਿਹੜੀ ਬਿਊਰੋਕਰੇਸੀ ਕਰੀਮ ਬਿਊਰੋਕਰੇਸੀ ਬੈਠੀ ਹੁੰਦੀ ਹੈ ਨਾ, ਤੇ ਉਹ ਵੀ ਗੱਲਾਂ ਸੁਣਦੇ ਵੀ ਇਹ ਬੰਦਾ ਸਿਸਟਮ ਜਿਹੜਾ ਕਰਪਟ ਹੋਇਆ ਹੈ,
ਉਸ ਸਿਸਟਮ ਦੇ ਖਿਲਾਫ ਬੋਲਣ ਦਾ ਇੱਕ ਜਜ਼ਬਾ ਤਾਂ ਰੱਖਦਾ, ਉਸ ਸਿਸਟਮ ਦੇ ਖਿਲਾਫ ਇੱਕ ਜੂਝਣ ਦਾ ਜਜ਼ਬਾ ਤਾਂ ਹੈਗਾ ਨਾ। ਸਮਾਂ ਜ਼ਰੂਰ ਆਏਗਾ ਜਿਹੜੇ ਦੂਜੇ ਨੁਮਾਇੰਦੇ ਹੈਗੇ ਜਿਹਨਾਂ ਦਾ ਲੈਲਾ ਤੂੰ ਸਰਪੰਚੀ ਦੇ ਸਰਕਾਰੀ ਪੈਸਾ ਖਾਵਾਂਗੇ ਵਾਲਾ ਪਹਾੜਾ ਬਣਿਆ ਹੈ ਨਾ, ਤੇ ਤੁਸੀਂ ਇਹਨਾਂ ਨੂੰ ਮਜਬੂਰ ਕਰਨਾ, ਤੁਸੀਂ ਦੱਸਣਾ ਵੀ ਤੁਸੀਂ ਬੰਦੇ ਦੇ ਪੁੱਤ ਬਣ ਕੇ ਆਓ। ਜੋ ਸਾਡੀ ਭਾਵਨਾ ਨਾਲ ਅਸੀਂ ਤੁਹਾਨੂੰ ਤੋਰਦੇ ਹਾਂ ਨਾ, ਉਸ ਭਾਵਨਾ ਨਾਲ ਲੋਕਾਂ ਦੀ ਸੇਵਾ, ਦੇਸ਼ ਤੇ ਸਮਾਜ ਦੀ ਸੇਵਾ ਕਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।